ਮਾਤਾ ਜਸ਼ੋਦਾ ਕ੍ਰਿਸ਼ਨ ਜੀ ਨੂੰ ਛੱਡ ਕੇ ਦੌੜੀ, ਭਗਵਾਨ ਨੇ ਵੱਟਾ ਮਾਰ ਕੇ ਦੁੱਧ ਦਹੀਂ ਡੋਲ ਦਿਆ, ਇਸੀ ਵਾਸਤੇ ਮਾਤਾ ਨੇ ਉਖਲ ਨਾਲ ਬੰਨਾ। ਇੱਕ ਸਮੇਂ ਦਹੀਂ ਰਿੜਕਣੇ ਦੇ ਵਾਸਤੇ ਨੰਦ ਰਾਣੀ ਜੀ ਸਵੇਰੇ ਸਵੇਰੇ ਹੀ ਉੱਠੀ ਔਰ ਸਭ ਗੋਪੀਓ ਕੋ ਜਗਾਇਆ, ਘਰ ਮੇ ਚੌਂਕਾ ਪਾਂਡਾ ਕਰਕੇ ਆਪੋ ਆਪਣੀਆਂ ਮਧਾਣੀਆਂ ਲੇਕਰ ਦਹੀਂ ਰਿੜਕਣੇ ਲਗੀ। ਇੱਕ ਤਰਫ ਮਾਤਾ ਜਸ਼ੋਦਾ ਜੀ ਵੀ ਰਾਮ ਕ੍ਰਿਸ਼ਨ ਦੇ ਵਾਸਤੇ ਮੱਖਣ ਰਿੜਕਣੇ ਲਗੀ, ਅਤੇ ਇਸ ਸਮੇਂ ਆਨੰਦ ਦੇ ਘਰ ਮੇ ਮਧਾਣੀਓ ਕਾ ਇਤਨਾ ਸ਼ੋਰ ਹੋ ਰਹਾ ਥਾ ਜੈਸੇ ਬਾਦਲ ਗਰਜਤਾ ਹੈ। ਇਤਨੇ ਮੈਂ ਸ਼੍ਰੀ ਕ੍ਰਿਸ਼ਨ ਜੀ ਜਾਗੇ ਔਰ ਉੱਚੇ ਸ਼ਬਦ ਅਰੇ ਮਈਆ ਅਰੇ ਮਈਆ ਅਰੇ ਮਈਆ ਕਹਿ ਕਰ ਘਨੱਈਆ ਪੁਕਾਰਨੇ ਲਗੇ। ਜਬ ਉਹਨੋਂ ਕਾ ਪੁਕਾਰਨਾ ਕਿਸੀ ਨੇ ਵੀ ਨਾ ਸੁਣਾ, ਤਬ ਆਪ ਹੀ ਜਸ਼ੋਦਾ ਦੇ ਨਿਕਟ ਆਏ ਔਰ ਤੋਤਲੀ ਬਾਣੀ ਮੇਂ ਕਹਿਣੇ ਲਗੇ ਕਿ ਮਾਂ ਤੁਮਕੋ ਕਿਤਨੀ ਬੇਰ ਬੁਲਾਇਆ, ਪਰ ਤੂੰ ਮੇਲੇ ਲੈਣੇ ਕੋ ਨਾ ਆਈ, ਤੇਰਾ ਕਾਲਜ ਅਬ ਤੱਕ ਨਹੀਂ ਨਿਭਲਾ। ਇਤਨਾ ਕਹਿ ਕਰ ਮੱਛਰਨੇ ਲਗੇ, ਚਾਟੀ ਸੇ ਮਾਖਣ ਬਾਹਰ ਫੈਂਕਦੇ ਜਾਵੇ, ਜਬ ਕੁਛ ਲੱਤਾਂ ਵੀ ਮਾਰੇ ਮਾਰੇ ਪੁਨਾ ਮਾਤਾ ਦਾ ਕੱਪੜਾ ਸਿਰ ਸੇ ਖੈਂਚੇ ਔਰ ਰੋਣੇ ਲਗੇ। ਤਬ ਨੰਦ ਰਾਣੀ ਬੜੇ ਕ੍ਰੋਧ ਸੇ ਘਬਰਾ ਕਰ ਬੋਲੀ, ਪੁੱਤਰ ਇਤਨਾ ਖਰੂਦ ਕਿਸ ਲੀਏ ਕਰਤੇ ਹੋ, ਜੇ ਕਿਆ ਚਾਲ ਨਿਰਾਲੀ ਹੈ। ਮਾਤਾ ਕਹੇ ਪੁੱਤਰ ਦੂਧ ਪੀਓ, ਕ੍ਰਿਸ਼ਨ ਕਹੇ ਪਹਿਲੇ ਕਿਉਂ ਨਹੀਂ ਦਿਆ ਥਾ, ਅਬ ਤੋ ਮੇਰੀ ਬਲਾ ਵੀ ਦੂਧ ਨਹੀਂ ਪੀਤੀ। ਅੰਤ ਕੋ ਮਾਤਾ ਨੇ ਪਿਆਰ ਦੇ ਕਰ ਮੁੱਖ ਚੂਮ ਔਰ ਛਾਤੀ ਸੇ ਲਗਾ ਕਰ ਗੋਦ ਮੇ ਲਿਆ ਔਰ ਦਹੀਂ ਮੱਖਣ ਰੋਟੀ ਪਰ ਖਾਣੇ ਕੋ ਦਿਆ, ਹਰੀ ਹੱਸ ਹੱਸ ਮੱਖਣ ਰੋਟੀ ਖਾਏ ਰਹਿਤੇ। ਮਾਤਾ ਗੁੰਗੜ ਮਾਟਾ ਕਰਕੇ ਖਵਾ ਰਹੀ ਥੀ ਜੋ ਮੇਰੇ ਕਾਨ ਕੋ ਕਿਸੀ ਕੀ ਨਜ਼ਰ ਨਾ ਲਗੇ। ਇਤਨੇ ਮੈਂ ਇੱਕ ਗੋਪੀ ਨੇ ਆ ਕਰ ਕਿਹਾ, ਤੁਮ ਤੋ ਬੈਠ ਰਹੇ ਹੋ ਪਰ ਉੱਧਰ ਦੂਧ ਚੁੱਲ੍ਹੇ ਪਰੇ ਸੇ ਉਬਲ ਕਰ ਨੀਚੇ ਪੜਤਾ ਹੈ। ਇਹ ਸੁਣਤੇ ਹੀ ਜੱਟ ਸ਼੍ਰੀ ਕ੍ਰਿਸ਼ਨ ਜੀ ਕੋ ਗੋਦੀ ਸੇ ਉਤਾਰ ਕਰ ਦੌੜੀ, ਤਬ ਜਾ ਕੇ ਦੂਧ ਬਚਾਇਆ। ਇੱਧਰ ਕਾਨ ਜੀ ਕੋ ਬੜਾ ਕ੍ਰੋਧ ਆਇਆ, ਵੱਟਾ ਮਾਰ ਕੇ ਦਹੀਂ ਦੇ ਬਰਤਨ ਤੋੜ ਦੀਏ। ਮੱਖਣ ਦਹੀਂ ਗਵਾਲੋ ਬੰਦਰੋਂ ਕੋ ਖਿਲਾਇਆ ਔਰ ਆਪ ਇੱਕ ਉਖਲ ਪਰ ਚੜ ਕਰ ਬੈਠ ਰਹੇ ਔਰ ਚਾਰੋਂ ਔਰ ਸਖਾ ਬੰਦਰੋਂ ਕੋ ਬਿਠਾ ਕਰ ਮੱਖਣ ਬਾਂਟ ਬਾਂਟ ਕਰ ਖਾਣੇ ਲਗੇ। ਇਤਨੇ ਮੈਂ ਜਸ਼ੋਦਾ ਦੂਧ ਉਤਾਰ ਕਰ ਆਈ ਤੋ ਆਗੇ ਕਿਆ ਦੇਖਦੀ ਹੈ, ਜੋ ਸਾਰੇ ਬੇੜੇ ਮੇਂ ਦੁੱਧ ਦਹੀਂ ਕੀ ਨਦੀ ਚੱਲ ਰਹੀ ਹੈ, ਮੱਖਣ ਕਾ ਚਿੱਕੜ ਮਚ ਰਹਾ ਹੈ, ਮੰਦਰ ਬਾਲ ਕੇ ਪ੍ਰਸੰਨ ਹੋ ਕਰ ਖਾ ਰਹੇ ਹੈ। ਇਹ ਕਰਤੱਵ ਕੋ ਦੇਖ ਮਾਤਾ ਕੇ ਹਿਰਦੇ ਮੇਂ ਕ੍ਰੋਧੀ ਅਗਨੀ ਭੜਕੀ, ਹੱਥ ਮੇਂ ਛੜੀ ਲੇਕਰ ਮਹਾਰਾਜ ਕੋ ਮਾਰਨੇ ਵਾਸਤੇ ਦੌੜੀ। ਮਾਤਾ ਕੋ ਦੇਖ ਕਰ ਬੰਦਰ ਔਰ ਲੜਕੇ ਸਭੀ ਭਾਗ ਗਏ। ਮਾਤਾ ਨੇ ਸ਼੍ਰੀ ਕ੍ਰਿਸ਼ਨ ਦੇਵ ਜੀ ਕੋ ਪਕੜ ਲਿਆ, ਕ੍ਰਿਸ਼ਨ ਕ੍ਰਿਸ਼ਨ ਰੋ ਕਰ ਕਹਿਣੇ ਲਗੇ, ਮਾਤਾ ਮੈਂ ਨਹੀਂ ਜਾਣਦਾ ਜੋ ਦੂਧ ਦਹੀਂ ਕਿਸਨੇ ਡੋਲ ਦਿਆ, ਤੂੰ ਮੇਰੇ ਕੋ ਛੋੜ ਦਿਓ।
ਤਾਂ ਮਾਤਾ ਨੇ ਕਿਹਾ, ਅਰੇ ਸਭ ਗੋਪੀਆਂ ਸਦੀਵ ਤੇਰੇ ਹੱਥ ਸੇ ਰੋਤੀ ਹੈ, ਆਜ ਮੈਨੇ ਜਾਣਾ ਤੋ ਤੂੰ ਧਰਮ ਪਰਮ ਚੰਚਲ ਹੈ, ਦੇਖ ਆਜ ਤੇਰੇ ਕੋ ਉਖਲ ਸੇ ਸਾਥ ਬਾਂਧੂਗੀ। ਇਤਨਾ ਕਹਿਕਰ ਉਖਲ ਕੇ ਸਾਥ ਬਾਂਧ ਦਿਆ ਔਰ ਜਿਤਨੀਆਂ ਰੱਸੀਆਂ ਲੈ ਕੇ ਆਤੀ ਸੀ ਸਭ ਰੱਸੀਆਂ ਦੋ ਦੋ ਉਂਗਲ ਘੱਟ ਜਾਵੇ। ਅੰਤ ਕੋ ਮਾਤਾ ਘਬਰਾ ਗਈ। ਮਾਤਾ ਕੋ ਸਭ ਥਕਤ ਦੇਖ ਕਰ ਸ਼੍ਰੀ ਕ੍ਰਿਸ਼ਨ ਜੀ ਆਪਣੇ ਆਪ ਕੋ ਵਧਾਏ ਲਿਆ। ਮਾਤਾ ਬਾਂਧ ਕਰ ਘਰ ਦੇ ਕਾਰਜ ਕਰਨੇ ਲੱਗੀ ਔਰ ਟੂਟੇ ਫੂਟੇ ਬਰਤਨ ਬਾਹਰ ਫੈਂਕੇ। ਨੌਵਾਂ ਅਧਿਆਇ ਸਮਾਪਤਮ। ਇਤੀ ਜੈ ਗੁਰੂ ਦੇਵ। ਧੰਨ ਗੁਰੂ ਦੇਵ।